ਨੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਮਾਲਕ ਜੀ ਮਿਹਰ ਕਰਨ ਮਿਹਰ ਦਾ ਸਤਿਗੁਰ ਜੀ ਦੀ ਮਿਹਰ ਦਾ ਮੇਘ ਵਰਸੇ ਜਿਵੇਂ ਬਾਹਰ ਮੀਂਹ ਪੈਂਦਾ ਹੈ ਦਰਖਤ ਹਰੇ ਭਰੇ ਹੋ ਜਾਂਦੇ ਆ ਜਦੋਂ ਗੁਰਬਾਣੀ ਦਾ ਮਿਹਰ ਮੀਂਹ ਵਰਸਦਾ ਹੈ ਨਾ ਗੁਰਬਾਣੀ ਤੋਂ ਸਾਨੂੰ ਅਕਲ ਮਿਲਦੀ ਹੈ ਸੇਧ ਲੈਂਦੇ ਆ ਸਮਝ ਮਿਲਦੀ ਹੈ ਤੇ ਅੰਦਰ ਹਰਿਆਵਲ ਆ ਜਾਂਦੀ ਹੈ ਕੰਫੀਡੈਂਸ ਆ ਜਾਂਦਾ ਹੈ ਦ੍ਰਿੜਤਾ ਆ ਜਾਂਦੀ ਹੈ ਪਰਪੱਕਤਾ ਆ ਜਾਂਦੀ ਹੈ ਤੇ ਸਤਿਗੁਰੂ ਆ ਮੀਂਹ ਤੇ ਬੜਾ ਪੈ ਰਿਹਾ ਹੁਣ ਮਿਹਰ ਕਰੋ ਸਾਡੇ ਅੰਦਰ ਵੀ ਤੁਹਾਡੀ ਮਿਹਰ ਦਾ ਮੀਂਹ ਵਰਸੇ ਪਰ ਨਹੀਂ ਹਾਜ਼ਰੀ ਗੁਰੂ ਸਾਹਿਬ ਇਦਾਂ ਹੀ ਲਾ ਲੈਣ ਪਰ ਮੈਂ ਤੁਹਾਡਾ ਬਹੁਤਾ ਬਹੁਤਾ ਧੰਨਵਾਦੀ ਆ ਇਦਾਂ ਹੀ ਬੈਠੇ ਹੋ ਚੌਂਕੜੇ ਮਾਰ ਕੇ ਤੇ ਹੱਦ ਹੋ ਗਈ ਇੰਨਾ ਮੀਂਹ ਪੈਣ ਦੇ ਬਾਵਜੂਦ ਵੀ ਹੱਦ ਹੋ ਗਈ ਆ ਵੇਖੋ ਇਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦਾ ਪਿਆਰ ਹੈ ਸਵੇਰੇ ਨਾ ਵੀ ਸੁਣਿਓ ਸਾਡੇ ਇੱਥੇ ਸਤਿਕਾਰ ਕਮੇਟੀਆਂ ਦੇ ਕੁਝ ਬੰਦੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਗਵਰਨਰ ਹਾਊਸ ਜਾਣਾ ਹੈ ਉਹ ਕਹਿੰਦੇ ਪੰਜਾਬ ਦੇ ਗਵਰਨਰ ਨੂੰ ਇਹ ਕਹਿਣਾ ਹੈ ਵੀ ਢੱਡਰੀਆਂ ਵਾਲਿਆਂ ਦਾ ਪ੍ਰਚਾਰ ਬੰਦ ਕਰੋ ਇਹਨਾਂ ਤੇ ਕਾਰਵਾਈ ਕਰੋ ਪੰਜਾਬ ਸਰਕਾਰ ਕੋਲ ਵੀ ਕਹਿੰਦੇ ਕੱਲ ਨੂੰ ਜਾਣਾ ਅੱਜ ਅਖਬਾਰ 'ਚ ਖਬਰ ਲੱਗੀ ਸੀ ਕਹਿੰਦੇ ਗਲਤ ਪ੍ਰਚਾਰ ਕਰਦੇ ਆ ਪਰ ਇਹਨਾਂ ਨੂੰ ਆ ਕੇ ਪੁੱਛ ਕੇ ਵੇਖੋ ਵੀ ਗਲਤ ਪ੍ਰਚਾਰ ਹੋ ਰਿਹਾ ਕਿ ਸਹੀ ਹੋ ਰਿਹਾ ਇਦਾਂ ਬਰਸਾਤ ਪੈਂਦੀ ਦੇ ਵਿੱਚ ਵੀ ਟਿਕ ਕੇ ਬੈਠੇ ਹੋਏ ਆ ਕਹਿੰਦੇ ਜੀ ਸ਼ਿਕਾਇਤ ਕਰਨੀ ਹੈ ਸੋ ਆਓ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਗੁਰਬਾਣੀ ਆਪ ਪੜੋ ਸਹਿਜ ਪਾਠ ਕਰਿਆ ਕਰੋ ਪਿਆਰਿਓ ਅੱਖਾਂ ਖੁੱਲ ਜਾਣਗੀਆਂ ਕਿਸੇ ਤੇ ਭਰੋਸਾ ਨਾ ਕਰੋ ਖੁਦ ਬਾਣੀ ਪੜ ਕੇ ਵਿਚਾਰ ਕੇ ਵੇਖੋ